ਸਮਝ ਹੋਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਅਤੇ ਅੱਜ ਮੈਂ ਸੰਡੇ ਵਾਲੇ ਦਿਨ, ਤੁਹਾਨੂੰ ਪਤਾ ਕਿ ਅੱਜ ਅਤੇ ਸਾਰਾ ਤੋਂ ਪਹਿਲਾਂ ਮੈਂ ਗੇਟ ਖੋਲ੍ਹ ਕੇ ਆਵਾਂ, ਘੰਟੇ ਮਰ ਮਰ ਕੇ ਕਿਸੇ ਨੇ ਕੰਮ ਖਾ ਲਏ, ਬੰਦਾ ਘੰਟੇ ਦੇ ਉੱਤੇ ਹੀ ਵਾਰਿਆ, ਪਹਿਲਾਂ ਗੇਟ ਖੋਲ੍ਹ ਕੇ ਆਉਣਾ। ਨਿਆਣੇ ਵੀ ਉੱਠੇ ਹਲੇ ਅਤੇ ਬੰਦੇ ਨੇ ਇੰਨੀਆਂ ਘੰਟੀਆਂ ਮਰੀਆਂ। ਸਾਰਿਆਂ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਵੇਟ ਚੈੱਕ ਕਰਨ ਅਤੇ ਦੇਖਦੇ ਹਾਂ ਕਿ ਵਜ਼ਨ ਕਿੰਨਾ ਘਟਿਆ। ਵੈਸੇ ਮੈਨੂੰ ਲੱਗਦਾ ਨਹੀਂ ਕਿ ਘਟਿਆ ਹੋਊਗਾ, ਇਸ ਹਫ਼ਤੇ ਮੈਂ ਕਿਲੋ ਦੋ ਕਿਲੋ ਵਧੇ ਨਹੀਂ ਖਾਣਾ, ਕਿਉਂਕਿ ਪੂਰੇ ਹਫ਼ਤੇ ਕੀਤੀ ਸਿਹਤ ਨਹੀਂ ਠੀਕ ਨਹੀਂ ਸੀ, ਡਾਈਟਿੰਗ ਕਰਵਾਉਣ ਵਾਲੀ ਤਾਂ ਉਹੀ ਆ। ਅਤੇ ਸਾਰਿਆਂ ਤੋਂ ਪਹਿਲਾਂ ਚਲੋ ਵੇਟ ਚੈੱਕ ਕਰਦੇ ਹਾਂ। ਜਿਵੇਂ ਕਿ ਆਪਾਂ ਦੇਖਿਆ ਕਿ ਪਿਛਲੇ ਹਫ਼ਤੇ ਨਾਲ ਲਗਭਗ 1 ਕਿਲੋ ਵੇਟ ਘੱਟ ਗਿਆ, ਜੋ ਕਿ ਮੇਰੀ ਉਮੀਦ ਤੋਂ ਕਾਫ਼ੀ ਵਧੀਆ ਵਾ, ਕਿਉਂਕਿ ਪੂਰੇ ਹਫ਼ਤੇ ਕੋਈ ਖਾਸ ਡਾਈਟਿੰਗ ਨਹੀਂ ਸੀ ਕੀਤੀ, ਸਿਰਫ ਕੋਲਡ ਡਰਿੰਕ ਦਾ ਮਿੱਠੇ ਦਾ ਪਰਹੇਜ਼ ਹੀ ਕੀਤਾ ਸੀ, ਉਹ ਵੀ ਇੰਨਾ ਜ਼ਿਆਦਾ ਨਹੀਂ, ਅਤੇ ਐਕਸਰਸਾਈਜ਼ ਵੀ ਲਗਭਗ 1-2 ਦਿਨ ਕਰਾਂ ਵੀ, ਤਾਂ ਉਸ ਹਿਸਾਬ ਨਾਲ ਬਹੁਤ ਵਧੀਆ ਵਾ। ਆਪਣਾ ਵੇਟ ਟੋਟਲ 98.something ਤੋਂ ਅਤੇ ਕਿੰਨਾ ਘੱਟ ਗਿਆ ਸੀ, ਲਗਭਗ 95 ਹੀ ਹੋ ਗਿਆ ਲਗਭਗ, ਤਾਂ ਇਹਨੂੰ ਆਪਾਂ ਲਗਭਗ 4 ਕਿਲੋ ਦੀ ਡਿਕਰੀਜ਼ ਕਹਿ ਸਕਦੇ ਹਾਂ, 4 ਕਿਲੋ ਵਜ਼ਨ ਘਟਿਆ ਲਗਭਗ 3 ਹਫ਼ਤਿਆਂ ਦੇ ਵਿੱਚ, ਜਿਹੜਾ ਕਿ ਬਹੁਤ ਵਧੀਆ। ਦੱਸਦਾ ਕਿ ਪ੍ਰੈਸ ਮੀਟ ਸੀ ਗਈ ਮੈਂ ਦਿੱਲੀ, ਤਾਂ ਹੀ ਦਰਵਾਜ਼ਾ ਖੁੱਲ੍ਹਣ ਲਈ ਉੱਠਣਾ ਪਿਆ, ਨਹੀਂ ਤਾਂ ਆਪਾਂ ਉੱਠੀ ਦਾ ਹੀ ਨਹੀਂ। ਅਤੇ ਆਉਣ ਵਾਲੇ ਦੇ ਉਹ 12 ਵਜੇ ਤੱਕ ਪਹੁੰਚ ਜਾਣਗੇ ਘਰੇ, ਅਤੇ ਉਹਨਾਂ ਦੇ ਅਤੇ ਆਪਾਂ ਉਹਨਾਂ ਦੀ ਖਤਰਦਾਰੀ ਕਰਨੀ ਹੈ, ਲੈਣ ਚੱਲਾਂਗੇ ਆਪਾਂ ਅੰਮ੍ਰਿਤਸਰੀ ਕੁਲਚੇ, ਕ੍ਰਿਸ਼ਨਾ ਮੰਦਿਰ ਵਾਲੀ ਮਾਰਕੀਟ 'ਚ ਹੈਗਾ ਸ਼੍ਰੀ ਗਣਪਤੀ ਜਾਂ ਪੰਡਿਤ ਜੀ, ਨਾਮ ਤਾਂ ਨਹੀਂ ਪਤਾ, ਉੱਥੇ ਜਾ ਕੇ ਦੇਖਾਂਗੇ। ਸੁਣਿਆ ਕਿ ਬਹੁਤ ਵਧੀਆ ਹੁੰਦੇ ਆ, ਯੂਟਿਊਬ 'ਤੇ ਦੇਖਿਆ, ਅਤੇ ਤੁਹਾਨੂੰ ਵੀ ਲੈ ਕੇ ਚੱਲਾਂਗੇ ਜਦੋਂ ਜਾਵਾਂਗੇ। ਇਹ ਆ ਜੀ ਉਹ ਪਾਪੀ ਬੰਦਾ ਜਿਹਨੇ ਮੈਨੂੰ ਸਵੇਰੇ ਸਵੇਰੇ ਉਠਾ ਕੇ ਐਤਵਾਰ ਵਾਲੇ ਦਿਨ ਪੂਰਾ ਪੂਰਾ ਪਾਪ ਕਮਾਇਆ। ਬਣ ਕੇ ਡੋਲੇ ਨਿਕਲੇ ਬਾਹਰ, ਡੋਲੇ ਨਿਕਲੇ ਬਸ ਕਰ, ਇਹ ਰਨੋਲਡ ਬਣੇਗਾ ਸਿੱਧਾ, ਬਸ ਕਰ ਚੱਲ। ਫਿਰ ਆਲੂ ਬਣੀ ਰੋਟੀ, ਨਜ਼ਾਰਾ ਹੀ ਆ ਗਿਆ। ਸੋ ਹਮੇਸ਼ਾ ਹੀ ਤਰ੍ਹਾਂ ਸਟੈਂਡਰਡ ਆਲੂ ਬਣੀ ਰੋਟੀ, ਔਰ ਅੱਜ ਇਹਨੇ ਲੱਗ ਗਏ ਕਿ ਅੱਜ ਬਣਾਵਾਂਗੇ ਇਹਦੇ ਨਾਲ ਆਪਾਂ ਅੰਡੇ, 4 ਅੰਡਿਆਂ ਦੀ ਭੁਰਜੀ ਬੜੀ ਸਵਾਦ ਜੀ। ਲੱਗਦਾ ਪ੍ਰਿੰਸ ਵੀਰ ਜੀ ਹੁਣੀ ਆ ਗਏ ਬਾਹਰ, ਹੈ ਨਾ। ਹੈਲੋ ਇੰਜ ਲਾਗੀ, ਇੰਜ ਕੇਮ ਬੈਕ ਫਰੋਮ ਦਿੱਲੀ ਏਅਰਪੋਰਟ। ਨਵੂ ਪਹੁੰਚ ਗਈ, ਕੱਲ ਰਾਤ ਨੂੰ ਪਹੁੰਚੀ ਸੀਗੀ ਇੱਥੇ 11:45 ਵਜੇ। ਤੁਹਾਡੀ ਫਰੈਂਡ ਪਹੁੰਚ ਗਈ ਸੀ ਏਅਰਪੋਰਟ ਤੇ? ਹਾਂਜੀ, ਵੈਰੀ ਗੁੱਡ ਫਰੈਂਡ। ਸਵੇਰੇ ਵੀ ਵੀਡੀਓ ਕਾਲ ਆਈ ਸੀ, ਪੀਓ ਜਿਸ ਦੇ ਅੰਦਰ ਸਾਰੇ ਫਿਰ ਕੈਮਰਾ ਟਾਈਮ ਸੀਗਾ, ਕੈਮਰਾ 1 ਵਜੇ ਪਹੁੰਚ ਗਈ ਸੀ। ਉਹ ਦਾ ਵੀਡੀਓ ਕਾਲ ਤੇ ਕਰ ਲਈ ਉਹਨੇ, ਉਹਦਾ ਹੁਣ ਕਹਿੰਦੀ ਮੈਂ ਤਾਂ ਕਾਲੀ ਸੀ, ਕਹਿੰਦੀ ਮੈਂ ਘਰ ਤੋਂ ਬਾਹਰ ਨਹੀਂ ਨਿਕਲੀ 12 ਵਜੇ ਸੀ। ਸਿੱਧਾ ਲੁਧਿਆਣੇ ਤੋਂ ਕੈਨੇਡਾ ਜਾ ਕੇ ਉਹਨੂੰ ਕਿਵੇਂ ਲੱਗਿਆ, ਕੀ ਕਹਿੰਦੀ ਸਾਫ਼ ਸਾਫ਼ ਹੈ ਸਾਰਾ? ਨਾ ਉਹਨੇ ਬਾਹਰ ਹੀ ਨਿਕਲੀ, ਕਹਿੰਦੀ ਮੈਂ ਹਲੇ ਘਰ ਦੇ ਅੰਦਰ ਵੜੀ ਆ, ਕਹਿੰਦੀ ਉਹ ਦੁਪਹਿਰ ਦਾ ਖਾਣਾ ਲੈਣ ਚੱਲੇ ਆ, ਮਿਲ ਲਵਾਂਗੇ ਕਿਸੇ ਨੇ ਕੋਈ ਡਿਸਾਈਡ ਨਹੀਂ, ਕਿਉਂਕਿ ਜਾਂ ਤਾਂ ਨਾਲ ਲੈ ਕੇ ਆਵਾਂਗੇ ਅਤੇ ਜਾਂ ਫਿਰ ਲੈ ਕੇ ਆਵਾਂਗੇ ਛੋਲੇ ਭਟੂਰੇ। ਚੱਲੇ ਹਾਂ ਇੱਕ ਜਗ੍ਹਾ ਪਹਿਲਾਂ ਦੇਖਦੇ ਹਾਂ, ਕ੍ਰਿਸ਼ਨਾ ਮੰਦਿਰ ਕੋਲੇ, ਜਿਹੜੀ ਕਿ ਹੈਰੀ ਉੱਪਲ ਦੀ ਵੀਡੀਓ 'ਚ ਅਸੀਂ ਦੇਖਿਆ ਸੀਗਾ, ਕੋਈ ਪੰਡਿਤ ਜੀ ਕਰਕੇ ਆ, ਇਹ ਵੀਡੀਓ 'ਚ ਤਾਂ ਬਹੁਤ ਵਧੀਆ ਲੱਗਦੀ ਸੀ, ਹੁਣ ਜਾ ਕੇ ਲੈ ਕੇ ਆਵਾਂਗੇ, ਫਿਰ ਟਰਾਈ ਕਰਦੇ ਹਾਂ। ਪਹਿਲਾਂ ਤਾਂ ਲੇਟ ਹੋ ਗਏ ਕਿਉਂਕਿ ਲਗਭਗ 2:30 ਵੱਜ ਗਏ, ਇੰਨੇ ਟਾਈਮ ਦਾ ਤਾਂ ਛੋਲੇ ਭਟੂਰੇ ਵਾਲੇ ਵਿਹਲੀ ਹੋ ਗਏ, ਅੱਜ ਬਾਅਦ ਨੂੰ ਖਰੀਦ ਲਿਆ ਅਤੇ ਚਲੋ ਜਾ ਕੇ ਪਤਾ ਲੱਗੂਗਾ। ਪਹੁੰਚ ਗਏ ਹਾਂ ਜੀ ਕ੍ਰਿਸ਼ਨਾ ਮੰਦਿਰ ਵਾਲੀ ਮਾਰਕੀਟ, ਇੱਥੇ ਕੁਲਚਾ ਲੈਂਡ ਵੀ ਹੈਗਾ, ਪਰ ਆਪਾਂ ਜਾਣਾ ਉੱਥੇ ਜਿੱਥੇ ਹੈਰੀ ਉੱਪਰ ਦੀ ਵੀਡੀਓ ਬਣਾਈ ਸੀ, ਉਹ ਹੈਗੀ ਆਹ ਸ਼੍ਰੀ ਗਣਪਤੀ ਜੀ ਛੋਲੇ ਭਟੂਰੇ। ਮੈਂ ਕਹਿੰਦਾ ਜੀ ਪੰਡਿਤ ਜੀ ਨਹੀਂ ਹੈ ਜੀ, ਇਹ ਹੈ ਸ਼੍ਰੀ ਗਣਪਤੀ ਜੀ ਦਿੱਲੀ ਕਰੋਜ਼ ਬਾਗ ਵਾਲੇ। ਚਲੋ ਜੀ ਉੱਪਰ ਕੇ ਦੇਖਦੇ ਹਾਂ ਕੀ ਹਿਸਾਬ ਹੁੰਦਾ ਵਾ। ਇਹ ਤਾਂ ਯਾਰ ਸੱਚੀ ਵਧੀਆ ਹੋਣਗੇ, ਲਗਭਗ 1.25 ਹੋਏ ਨੇ ਅਤੇ ਇਹਨਾਂ ਦਾ ਸਮਾਨ ਸਮੂਨ ਸਾਰਾ ਮੁੱਕ ਗਿਆ, ਇਹਨਾਂ ਨੇ ਦਿੱਤਾ ਜਵਾਬ, ਅਤੇ ਹੁਣ ਕਿਤੇ ਹੋਰ ਹੀ ਦੇਖਦੇ ਹਾਂ। ਇਹਨਾਂ ਨੇ ਤਾਂ ਮੁਕਾਤਾ ਸਾਰਾ ਕੁਛ, ਜਾਣੀ ਕਿ ਹੈਰੀ ਉੱਪਰ ਸਹੀ ਸੀਗਾ, ਵਧੀਆ ਨੇ। ਹੁਣ ਅੰਮ੍ਰਿਤਸਰ ਹੀ ਕੁਲਚੇ ਦੇ ਚਲੀਏ, ਇੱਕ ਪੰਡਿਤ ਪ੍ਰਥੀ ਆ ਪੂਰੀ ਜੰਕਸ਼ਨ।
ਇਹਨੇ ਵੀ ਕਾਫੀ ਕੁਛ ਲਿਖਿਆ। ਸੋ ਫਾਈਨਲੀ ਕੁਲਚਾ ਲੈਂਡ ਤੋਂ ਅਸੀਂ ਆਰਡਰ ਕੀਤਾ। ਸਰਟਨਲੀ ਇਹ ਅੰਮ੍ਰਿਤਸਰ ਵਾਲਾ ਕੁਲਚਾ ਲੈਂਡ ਤਾਂ ਨਹੀਂ ਹੋਊਗਾ, ਅਤੇ ਚਲੋ ਫਿਰ ਵੀ ਰਸ਼ ਬਹੁਤ ਸੀਗਾ। ਅੱਧਾ ਘੰਟਾ ਵੇਟਿੰਗ ਆ ਜਦ ਤੱਕ ਗੋਲ ਗੱਪੇ ਖਾਵਾਂਗੇ। ਇੱਥੇ ਵਿਹਲੇ ਬੈਠੇ ਇੱਕ ਗੋਲ ਗੱਪੇ ਖਾਧੇ ਅਤੇ ਇੱਕ ਕੁੱਲੜ ਟਿੱਕੀ ਬਣਵਾ ਰਹੇ ਹਾਂ। ਅਤੇ ਕੁੱਲੜ ਟਿੱਕੀ ਵੀ ਅਸੀਂ ਲਈ ਹੈ। ਵੈਸੇ ਕੁੱਲੜ ਦਾ ਤਾਂ ਕੰਸੈਪਟ ਹੀ ਹੋ ਗਿਆ, ਹਰ ਚੀਜ਼ ਅੱਜ ਕੱਲ੍ਹ ਕੁੱਲੜ 'ਚ ਫਿੱਟ ਹੋਣ ਲੱਗ ਗਈ ਅਤੇ ਦੇਖਣ ਤੋਂ ਵਧੀਆ ਲੱਗ ਰਹੀ ਆ। ਅਤੇ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਦੀ ਆ। ਕੁੱਲੜ ਟਿੱਕੀ ਅਸੀਂ ਖਾਧੀ, ਬੜਾ ਮਜ਼ਾ ਆਇਆ ਖਾ ਕੇ, ਬਹੁਤ ਵਧੀਆ ਸੀ। ਇਹ ਸੀਗੀ ਅਸੀਂ ਲਈ ਸੀ ਕੁਲਚਾ ਲੈਂਡ ਕ੍ਰਿਸ਼ਨਾ ਮੰਦਿਰ ਵਾਲੀ ਮਾਰਕੀਟ ਤੋਂ। ਇਹਨਾਂ ਦੇ ਗੋਲਗੱਪੇ ਵੀ ਖਾਧੇ ਸੀਗੇ, ਉਹ ਘਾਟ ਵੀ ਉਹੀ ਸਰਦਾਰ ਜੀ ਦੀ ਸੀ, ਦੋਨੋਂ ਚੀਜ਼ਾਂ ਬਹੁਤ ਵਧੀਆ ਸੀ। ਅਤੇ ਹਾਂ, ਅਤੇ ਓਰੀਜਨਲ ਕੁਲਚਾ ਲੈਂਡ ਪਰ ਅੰਮ੍ਰਿਤਸਰ ਵਿੱਚ ਹੀ ਆ, ਇਹ ਤਾਂ ਦੂਜੇ ਹੀ ਨੇ ਬੰਦੇ। ਓਰੀਜਨਲ ਕੁਲਚਾ ਲੈਂਡ ਹਲੇ ਵੀ ਇੱਕੋ ਹੀ ਬ੍ਰਾਂਚ ਆ, ਉਹ ਅੰਮ੍ਰਿਤਸਰ ਦੇ ਵਿੱਚ ਹੀ ਆ, ਇਹ ਤਾਂ ਸਭ ਇੱਥੇ ਨਾਮ ਹੀ ਚੱਲ ਰਿਹਾ। ਅਤੇ ਚਲੋ ਸਮਾਨ ਅਸੀਂ ਲੈ ਲਿਆ, ਹੁਣ ਘਰ ਜਾ ਕੇ ਅੰਮ੍ਰਿਤਸਰੀ ਕੁਲਚੇ ਖਾਵਾਂਗੇ। ਉਹਦੀ ਮਜ਼ਾ ਦੂਜੀ ਚੂਹੀ ਵੀ ਫੜ ਲਈ, ਉਹ ਡਰ ਗਈ ਸੀ, ਟੱਪੀ ਜਾਂਦੀ ਆ, ਹੁਣ ਇਹ ਛੱਡਣੇ ਜਾਵਾਂਗੇ ਫਿਰ ਕੀ ਖਾਵਾਂਗੇ। ਹਾਂ ਹੋਰ ਨੀ, ਉਹ ਲਟਕੀ ਹੋਈ ਆ, ਉਹ ਦੇਖੀ ਸ਼ਾਇਦ ਮੈਂ ਲਟਕੀ ਹੋਈ ਚੰਮੀ ਆਈ ਕਿ ਉੱਪਰ ਲਟਕੀ ਹੋਈ। ਆ ਦੇਖ ਉੱਪਰ ਲਟਕ ਜਾਂਦੀ ਆ, ਲਟਕੀ ਹੋਈ ਆ ਦੇਖ, ਆ ਦੇਖ ਅੱਖ ਉਹਦੀ, ਉਹ ਗਈ ਥੱਲੇ। ਮੈਨੂੰ ਤੂੰ ਨੀ ਡਰਦਾ, ਇਹ ਨਾ ਤੁਹਾਡਾ ਪੈਟ ਨੀ ਹੈਗਾ ਜਿਹਨੂੰ ਖਵਾਈ ਜਾ ਰਹੇ ਹੋ, ਮੈਂ ਤੈਨੂੰ ਪਾਉਣਾ ਸਿਖਾਇਆ ਸੀਗਾ ਕਿਵੇਂ ਬੰਦਾ ਖਾ ਖਾ ਕੇ ਮਰ ਜਾਣਾ, ਉਹਨੇ ਕੱਢਣ ਦੀ ਲੋੜ ਹੀ ਨੀ ਪੈਣੀ। ਪੂਰਾ ਹਫ਼ਤਾ ਡਾਈਟਿੰਗ ਦੀ ਐਸੀ ਤੁਸੀਂ ਕਰਾਉਣ ਤੋਂ ਬਾਅਦ ਅੱਜ ਸੈਟਰਡੇ ਨਹੀਂ ਅੱਜ ਸੰਡੇ ਦਾ ਡਿਨਰ ਹੋ ਰਿਹਾ ਸੀ ਯੈਲੋ ਦਾਲ ਦਾ, ਬਹੁਤ ਦੇਖੋ ਕਿਆ ਰੰਗਤ ਆ, ਧਨੀਆ ਉੱਪਰ ਤੈਰਦਾ ਫਿਰਦਾ, ਪਰ ਆਪਾਂ ਇਹ ਫਿਰ ਵੀ ਨਹੀਂ ਖਾਣੀ, ਆਪਾਂ ਨਹੀਂ ਇਹ ਖਾਣਾ, ਕਿਹੜੀ ਮੈਂ ਨਹੀਂ ਖਾਣੀ ਹੈ ਜੀ, ਮੇਰੀ ਚੰਪਾ ਵਾਲੀ ਰੋਟੀ ਪਈ ਆ, ਚੰਪਾ ਦੀ ਮੇਰੀ ਚੰਪਾ ਦੀ ਸਬਜ਼ੀ ਪਈ ਆ, ਮੈਂ ਉਹਦਾ ਰੋਟੀ ਖਾਊਂਗਾ। ਇਹ ਆ ਜੀ ਅੱਜ ਦਾ ਡਿਨਰ, ਯੈਲੋ ਦਾਲ ਖਾਵਾਂਗੇ, ਮੈਂ ਇਹਨੂੰ ਨਹੀਂ ਖਾਊਂਗਾ, ਮੈਂ ਖਾਊਂਗਾ ਚੰਪਾ ਦੀ ਸਬਜ਼ੀ। ਚੰਪਾ ਦੀ ਸਬਜ਼ੀ ਕਿੱਥੇ ਗਰਮ ਕਰਨੀ ਵਾਲੇ ਵੇਟ, ਹੇਅਰ ਕਮਸ ਅ ਰੋਟੀ ਔਨ ਦ ਤਵਾ ਐਂਡ ਸੈਕਿੰਡ ਰੋਟੀ ਕਿੱਟੀ ਇਜ਼ ਬੇਲਿੰਗ। ਕੋਈ ਨਾ, ਕਦੇ ਕਦੇ ਇੰਗਲਿਸ਼ ਵੀ ਚੱਲਦੀ ਹੈ, ਆਈਲੈਟਸ ਕੀਤੀ ਹੈ ਯਾਰ, ਬੇਲਿੰਗ ਜਿਵੇਂ ਨਾ ਚਾਂਪ ਕੱਢੀ ਮਾਈਕ੍ਰੋਵੇਵ 'ਚ ਤੋਂ ਪਿੱਛੇ ਹੋ ਗਰਮੀ ਦੀ ਦਿੱਲੀ ਹਟ ਜਾ, ਦੇਖੀ ਸੜਨਾ ਦੀ ਮੇਰੀ ਕੀਮਤੀ ਚਾਂਪ। ਇਹ ਆ ਜੀ ਚਾਂਪ ਜੋ ਆਪਾਂ ਘਰ ਬਣਾਈ ਆ, ਇਹ 'ਚ ਆਪਾਂ ਵਾਜੀ ਵਾਹ ਅਤੇ ਵੀਰ ਜੀ ਚਾਂਪ ਨੂੰ ਵੀ ਫੇਲ ਕਰ ਚੁੱਕੇ ਹਾਂ, ਇੰਨੀ ਵਧੀਆ ਇਹ ਦੇਖੋ, ਵਾਹ 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 ਜੀ ਵਾਹ ਨਹੀਂ ਕਹਿਣਾ। ਘਿਓ ਲਾ ਦਬ ਦਬ ਕੇ ਡਾਈਟਿੰਗ ਤਾਂ ਐਸੀ ਤਾਂ ਅਸੀਂ ਆਪਾਂ ਕਰ ਹੀ ਦਿੱਤੀ ਹਫ਼ਤੇ 'ਚ, ਕੱਲ੍ਹ ਤੋਂ ਦੁਬਾਰਾ ਸ਼ੁਰੂ ਕਰਾਂਗੇ। ਸੋ ਇਹ ਹੈ ਜੀ ਆਪਣੀ ਆਈ ਦੀ ਪਲੇਟ, ਅਤੇ ਹੁਣ ਰੋਟੀ ਸਕਦੇ ਹਾਂ ਜੀ, ਅਤੇ ਆਈ ਦਾ ਬਲੌਗ ਇੱਥੇ ਕਰਨਾ ਖਤਮ। ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ, ਆਪਾਂ ਮਿਲਾ ਵੀਡੀਓ ਦੇ ਵਿੱਚ। ਇੱਥੇ ਖਤਮ ਨਹੀਂ ਹੁੰਦਾ, ਚੂਹੀਆਂ ਲੱਗ ਗਈਆਂ, ਕੋਈ ਨਾ ਚੂਹੀਆਂ ਗਈਆਂ।